ਛਾਪੇਮਾਰੀ ਦੌਰਾਨ ਪੁਲਿਸ ਨੇ ਕੀਤਾ ਵੱਖ ਵੱਖ ਪਟਾਕਿਆਂ ਦਾ ਵੱਡਾ ਜ਼ਖੀਰਾ ਬਰਾਮਦ। ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਹਰਕਤ ਵਿੱਚ ਆਈ ਮੁਕਤਸਰ ਦੀ ਪੁਲਿਸ ਨੇ ਅੱਜ ਥਾਣਾ ਸਿਟੀ ਅਤੇ ਫਾਇਰ ਬ੍ਰਿਗੇਡ ਸਟੇਸ਼ਨ ਤੋਂ ਮਹਿਜ਼ 100 ਮੀਟਰ ਤੋਂ ਘੱਟ ਦੀ ਦੂਰੀ 'ਤੇ ਸਥਿਤ ਇੱਕ ਪਟਾਕਾ ਹੋਲਸੇਲਰ ਦੀ ਦੁਕਾਨ 'ਤੇ ਅਚਨਚੇਤ ਪੁਲਿਸ ਨੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਪੁਲਿਸ ਨੂੰ ਉਕਤ ਥਾਂ ਤੋਂ ਵੱਖ ਵੱਖ ਪਟਾਕਿਆਂ ਦਾ ਵੱਡਾ ਜ਼ਖੀਰਾ ਬਰਾਮਦ ਹੋਇਆ, ਜਿਸ ਨੂੰ ਥਾਣਾ ਸਿਟੀ SHO ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਜ਼ਬਤ ਕਰ ਲਿਆ ਗਿਆ। ਪਟਾਕਿਆਂ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਕਾਰਵਾਈ ਕਰਨੀ ਸ਼ੁਰੂ ਕਰਦਿਆਂ FIR ਨੰਬਰ 279 ਦਰਜ ਕਰ ਦਿੱਤਾ ਹੈ। ਵਰਣਨਯੋਗ ਹੈ ਕਿ ਜਿਸ ਗਲੀ ਵਿੱਚ ਇਹ ਸਟੋਰ ਬਣਾਇਆ ਗਿਆ ਹੈ ਉੱਥੇ ਘਟਨਾ ਵਾਪਰਨ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਪ੍ਰਵੇਸ਼ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਥਾਣਾ ਸਿਟੀ ਦੇ ਨੇੜੇ ਸਥਿਤ ਪੱਛਮ ਵਾਲੀ ਗਲੀ ਵਿੱਚ ਬਣੇ ਗੁਪਤਾ ਵੂਲ ਐਂਡ ਖਿਲੌਣਾ ਸਟੋਰ ਦੇ ਮਾਲਕਾਂ ਵੱਲੋਂ ਪਟਾਕਾ ਹੋਲਸੇਲ ਦਾ ਕੰਮ ਵੀ ਕੀਤਾ ਜਾ ਰਿਹਾ ਸੀ, ਜਦਕਿ ਮੀਡੀਆ ਦੁਆਰਾ ਇਹ ਮਾਮਲਾ ਬੀਤੇ ਇੱਕ ਹਫ਼ਤੇ ਤੋਂ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਸੀ, ਜਿਸ ਕਰਕੇ ਅੱਜ ਆਖਿਰ ਪੁਲਿਸ ਨੂੰ ਇਹ ਕਾਰਵਾਈ ਕਰਨੀ ਹੀ ਪਈ। ਜਦਕਿ ਤੁਲਸੀ ਰਾਮ ਸਟਰੀਟ ਵਿੱਚ ਸਥਿਤ 3 ਹੋਰ ਥੋਕ ਪਟਾਕਾ ਵਿਕਰੇਤਾਵਾਂ ਨੇ ਪੁਲਿਸ ਛਾਪੇਮਾਰੀ ਤੋਂ ਪਹਿਲਾਂ ਹੀ ਆਪਣੇ ਸਟੋਰ ਬੰਦ ਕਰ ਲਏ ਸਨ। ਸਾਡੇ ਕੋਲ ਇੱਕ ਸੀਕਰਟ ਇਨਫੋਰਮੇਸ਼ਨ ਸੀ ਵੀ ਗੁਪਤਾ ਵੂਲ ਸਟੋਰ ਜਿਹੜੇ ਹੈਗੇ ਇਹ ਇੱਥੇ ਮਾਰਕੀਟ ਦੇ ਵਿੱਚ ਇਹਨਾਂ ਦੀ ਸ਼ੋਪ ਹੈ, ਇਹ ਵੈਸੇ ਖਿਡੌਣਿਆਂ ਦਾ ਕੰਮ ਕਰਦੇ ਆ, ਬਟ ਇਹਨਾਂ ਨੇ ਸਾਡੇ ਕੋਲ ਸੀਕਰਟ ਇਨਫੋਰਮੇਸ਼ਨ ਸੀ ਵੀ ਇਹਨਾਂ ਨੇ ਜਿਹੜੇ ਹੈਗੇ ਪਟਾਕੇ ਐਂਡ ਕੋਈ ਤਮਾਕਾ ਖੇਈ ਸਮੱਗਰੀ ਜਿਹੜੀ ਹੈਗੀ ਹੈ ਸਟੋਰ ਕਰਕੇ ਰੱਖੀ ਹੋਈ ਅਤੇ ਲੁਕ ਛੁਪ ਕੇ ਜਿਹੜੇ ਹੈਗੇ ਆ ਗਾਏ ਵਗਾਏ ਵੇਚ ਰਹੇ ਆ। ਸੋ ਅਸੀਂ ਉਸ 'ਤੇ ਕਾਰਵਾਈ ਕਰਦੇ ਇਹਨਾਂ ਦਾ ਰੇਡ ਕਰੀਏ, ਜੋ ਅਸੀਂ ਇਹਨਾਂ ਤੋਂ ਜਿਹੜੇ ਹੈਗੇ ਪਟਾਕੇ ਅਤੇ ਤਮਾਕਾ ਖੇਜ ਬਰਾਮਦਗੀ ਜਿਹੜੀ ਹੈਗੀ ਉਹ ਸਾਰਾ ਕੁਛ ਕੀਤਾ, ਰਿਕਵਰ ਕਰਨ ਤੋਂ ਬਾਅਦ ਅਸੀਂ ਕਾਨੂੰਨ ਮੁਤਾਬਕ ਜੋ ਬਣਦੀ ਕਾਰਵਾਈ ਅਸੀਂ ਉਹ ਕਰ ਰਹੇ ਹਾਂ। ਸਰ FIR ਵਗੈਰਾ? ਹਾਂਜੀ, ਇਹਦੇ 'ਚ ਅਸੀਂ FIR ਲੌਜ ਕਰ ਚੁੱਕੇ ਹਾਂ, ਬਾਕੀ ਜਿਹੜੀ ਸਾਡੀ ਤਫਤੀਸ਼ ਜਾ ਰਹੀ ਹੈ। ਸਰ ਕੋਈ ਪਤਾ ਲੱਗਿਆ ਵੀ ਕਿੰਨੇ ਚਿਰ ਤੁਸੀਂ ਇਸ ਕੰਮ ਨਾਲ ਜੁੜੇ? ਨਹੀਂ, ਇਸ ਬਾਰੇ ਅੱਜ ਤੱਕ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ, ਉਸ ਤੋਂ ਬਾਅਦ ਹੀ ਪਤਾ ਲੱਗੂ।